ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪਟਿਆਲਾ ਦੇ ਇਸ ਪਲੇਟਫਾਰਮ ਦੇ ਉੱਤੇ। ਸੋ ਅਸੀਂ ਜਿਹੜਾ 2023 ਦਾ PS ਟੈਟ 1 ਜਿਹੜਾ ਆ ਉਹਦੀ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਆ, ਜਿਹਦੇ ਵਿੱਚ ਅਸੀਂ ਹਰ ਇੱਕ ਸਬਜੈਕਟ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਤੇ ਉਹਦੇ ਵਿੱਚ ਦੇਖਾਂਗੇ ਕਿ ਸਾਡੇ ਹਰ ਇੱਕ ਸਬਜੈਕਟ ਦੇ ਹਰ ਇੱਕ ਵਿਸ਼ੇ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਕੀ ਪੱਧਰ ਰਿਹਾ। ਔਰ ਇਹ ਬਹੁਤ ਜ਼ਿਆਦਾ ਇੱਕ ਜ਼ਰੂਰੀ ਵੀ ਹੁੰਦਾ ਆ, ਕਿਉਂਕਿ ਜਦੋਂ ਤੁਸੀਂ ਇੱਕ ਪੇਪਰ ਦੀ ਤਿਆਰੀ ਸ਼ੁਰੂ ਕਰਦੇ ਹੋ, ਅਗਰ ਤੁਸੀਂ ਸਿਰਫ ਔਰ ਸਿਰਫ ਥਿਊਰੀ ਵੱਲ ਧਿਆਨ ਦਿੰਦੇ ਹੋ, ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦੀ ਥਿਊਰੀ ਵੱਲੋਂ ਕੋਈ ਕਮੀ ਨਹੀਂ ਹੁੰਦੀ, ਉਹਨਾਂ ਨੂੰ ਹਰ ਇੱਕ ਟੌਪਿਕ ਬਾਰੇ ਚੰਗੀ ਜਾਣਕਾਰੀ ਹੁੰਦੀ ਆ, ਸਬਜੈਕਟ ਦੇ ਉੱਤੇ ਵੀ ਪਕੜ ਚੰਗੀ ਹੁੰਦੀ ਆ, ਪਰ ਕਿਤੇ ਨਾ ਕਿਤੇ ਪੇਪਰ ਦੇ ਵਿੱਚ ਜਿਹੜੇ ਨੰਬਰ ਘੱਟ ਜਾਂਦੇ ਨੇ, ਜਾਂ ਕਹਿ ਦਓ ਕਿ ਪੇਪਰ ਜਿਹੜਾ ਆ ਕਲੀਅਰ ਨਹੀਂ ਹੋ ਪਾਉਂਦਾ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੁੰਦਾ ਆ ਉਹ ਹੁੰਦਾ ਤੁਹਾਡੇ ਪੇਪਰ ਦੀ, ਤੁਹਾਡੀ ਪੜ੍ਹੀ ਹੋਈ ਥਿਊਰੀ ਦੇ ਵਿੱਚੋਂ ਤੁਹਾਡੀ ਉਹ ਸਮਝ ਕਿ ਸਵਾਲ ਕਿੱਦਾਂ ਦੇ ਬਣਨੇ ਨੇ। ਤੇ ਉਸ ਤੋਂ ਬਾਅਦ ਜਦੋਂ ਅਸੀਂ ਸਵਾਲਾਂ ਨੂੰ ਲੈ ਕੇ ਅਵੇਅਰ ਹੋ ਜਾਂਦੇ ਹਾਂ, ਫਿਰ ਇਹ ਚੀਜ਼ਾਂ ਸਾਡੇ ਲਈ ਕਾਫੀ ਜਿਹੜੀਆਂ ਨੇ ਕਹਿ ਦਓ ਕਿ ਆਸਾਨ ਹੋ ਜਾਂਦੀਆਂ ਨੇ। ਸੋ ਅੱਜ ਦਾ ਜਿਹੜਾ ਸਾਡਾ ਇਹ ਸੈਸ਼ਨ ਹੈ, ਇਹਦੇ ਵਿੱਚ ਅਸੀਂ ਲੈਂਗੁਏਜ 1 ਯਾਨੀ ਕਿ ਭਾਸ਼ਾ 1 ਜਿਹੜੀ ਆ PS ਟੈਟ ਦੀ, ਜੋ ਕਿ ਪੰਜਾਬੀ ਭਾਸ਼ਾ ਆ, ਉਹਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਾਂਗੇ ਤਾਂ ਸਵਾਲ ਜਿਹੜਾ ਆ ਉਹ ਸਾਡੇ ਕੋਲ ਪੈਰੇਗ੍ਰਾਫ ਦੇ ਵਿੱਚੋਂ ਪੁੱਛੇ ਹੁੰਦੇ ਨੇ। ਹੁਣ ਮੈਂ ਤੁਹਾਨੂੰ ਇੱਕ ਕੁਐਸਚਨਸ ਪੜ੍ਹ ਕੇ ਤੇ ਉਹਨਾਂ ਦੇ ਆਨਸਰ ਦੇ ਦੇਵਾਂ, ਇਹ ਚੀਜ਼ ਇੱਕ ਵਾਜਬ ਨਹੀਂ ਹੈਗੀ, ਹੈ ਨਾ। ਜੇ ਆਪਾਂ ਹੁਣ ਇੱਕ ਸੈਸ਼ਨ ਸ਼ੁਰੂ ਕਰ ਹੀ ਰਹੇ ਹਾਂ ਤਾਂ ਮੇਰੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਮੈਂ ਤੁਹਾਨੂੰ ਇੱਕ ਡੀਪ ਰੂਟ ਦੱਸ ਦੇਵਾਂ, ਹੈ ਨਾ, ਕਿਸੇ ਵੀ ਸਵਾਲ ਨੂੰ ਸੋਲਵ ਕਰਨ ਦੇ ਤਰੀਕੇ ਦੱਸ ਦੇਵਾਂ, ਤੇ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਤੁਸੀਂ ਘੱਟੋ ਘੱਟ ਜਿਹੜੇ ਮਤਲਬ ਕਿ ਹਰ ਇੱਕ ਕਨਸੈਪਟ ਦੀ ਜਿਹੜੀ ਕਲੈਰਿਟੀ ਆ ਉਹਨੂੰ ਜ਼ਰੂਰ ਕਰੋ, ਠੀਕ ਹੈ। ਚੀਜ਼ਾਂ ਨੂੰ ਸਮਝਣ ਦੀ ਆਪਣੇ ਲੈਵਲ ਦੇ ਉੱਤੇ ਜ਼ਰੂਰ ਕੋਸ਼ਿਸ਼ ਕਰੋ ਤਾਂ ਕਿ ਸਾਡੀ ਤਿਆਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਆਵੇ। ਹੁਣ ਇਦਾਂ ਦੇ ਜਿਹੜੇ ਸਵਾਲ ਹੁੰਦੇ ਨੇ ਕਿ ਸਾਨੂੰ ਇੱਕ ਪੈਰਾਗ੍ਰਾਫ ਦਿੱਤਾ ਹੁੰਦਾ ਆ ਔਰ ਇਸ ਪੈਰਾਗ੍ਰਾਫ ਦੇ ਬੇਸਿਸ ਦੇ ਉੱਤੇ ਸਾਨੂੰ ਸਵਾਲ ਪੁੱਛੇ ਜਾਂਦੇ ਨੇ ਤੇ ਅਸੀਂ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਹੁੰਦਾ। ਹੁਣ ਇਹ ਤਾਂ ਸੌਖਾ ਜਿਹਾ ਕੰਮ ਹੁੰਦਾ, ਹੈ ਨਾ, ਆਪਾਂ ਛੋਟੇ ਹੁੰਦੇ ਤੋਂ ਵੀ ਕਰਦੇ ਆਏ ਆ। ਪਰ ਜਦੋਂ ਤੁਸੀਂ ਪੇਪਰ ਦੇ ਵਿੱਚ ਬੈਠੇ ਹੁੰਦੇ ਹੋ, ਉੱਥੇ ਤੁਸੀਂ ਇਹ ਤਾਂ ਹੈ ਨਹੀਂ ਵੀ ਤੁਸੀਂ ਇਕੱਲੇ ਪੰਜਾਬੀ ਦਾ ਪੇਪਰ ਦੇਣਾ ਜਾਂ ਇਕੱਲੇ ਇੱਕ ਸਬਜੈਕਟ ਨੂੰ ਜਿਹੜਾ ਆ ਤੁਸੀਂ ਫੋਕਸ ਕਰਨਾ, ਤੁਹਾਡੇ ਕੋਲ ਇੱਕ ਲਿਮਿਟਡ ਟਾਈਮ ਹੁੰਦਾ ਆ ਤੇ ਉਸ ਲਿਮਿਟਡ ਸਮੇਂ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਸਬਜੈਕਟ ਜਿਹੜੇ ਨੇ ਉਹ ਆਪਣੇ ਕਵਰ ਕਰਨੇ ਹੁੰਦੇ ਨੇ। ਤਾਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਇਹਨਾਂ ਸਵਾਲਾਂ ਦੇ ਵਿੱਚ ਤੁਹਾਡੀ ਐਕੂਰੇਸੀ ਤਾਂ ਚਲੋ ਹੈਗੀ ਹੈਗੀ ਆ, ਸਹੀ ਜਵਾਬ ਤਾਂ ਸਾਨੂੰ ਚਾਹੀਦੇ ਹੀ ਨੇ, ਉਹ ਤਾਂ ਸਾਡੀ ਸ਼ੁਰੂ ਤੋਂ ਹੀ ਅਪਰੋਚ ਆ, ਪਰ ਇਹਦੇ ਨਾਲ ਨਾਲ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਪੁਆਇੰਟ ਹੁੰਦਾ ਉਹ ਇਹ ਹੁੰਦਾ ਕਿ ਇਹੋ ਜਿਹੇ ਸਵਾਲਾਂ ਦੇ ਵਿੱਚ, ਚਾਹੇ ਤੁਸੀਂ ਇੰਗਲਿਸ਼ ਦੀ ਗੱਲ ਕਰ ਲਓ, ਚਾਹੇ ਤੁਸੀਂ ਪੰਜਾਬੀ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਜਿਹੜੇ ਪੈਰਾਗ੍ਰਾਫ ਬੇਸਡ ਕੁਐਸਚਨ ਆਉਂਦੇ ਨੇ ਇਹ ਸਵਾਲ ਕਿਤੇ ਨਾ ਕਿਤੇ ਟਾਈਮ ਬਹੁਤ ਜ਼ਿਆਦਾ ਖਾ ਜਾਂਦੇ ਨੇ, ਟਾਈਮ ਦੀ ਖਪਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੋ ਅਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਕਰਾਂਗੇ ਕਿ ਇਹਨਾਂ ਜਿਹੜੇ ਸਵਾਲਾਂ ਦੇ ਵਿੱਚ ਜਿਹੜਾ ਇਦਾਂ ਦੇ ਜਿਹੜੇ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਅਸੀਂ ਆਪਣਾ ਸਮਾਂ ਕਿਵੇਂ ਬਚਾਉਣਾ। ਦੇਖੋ ਇਹਦੇ ਮੈਂ ਤੁਹਾਨੂੰ ਅੱਜ ਦੋ ਤਰੀਕੇ ਦੱਸੂੰਗੀ। ਪਹਿਲਾ ਤਰੀਕਾ ਜਿਹੜਾ ਆ ਉਹ ਇਹ ਆ ਕਿ ਵੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਆਪਣੀ ਲੈਂਗੁਏਜ ਆ ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਇੰਨੇ ਕੁ ਫਲੂਐਂਟ ਹੈਗੇ ਹੋ ਕਿ ਕੁਛ ਕੁ ਸਕਿੰਟਾਂ ਦੇ ਅੰਦਰ ਅੰਦਰ ਜਿਹੜਾ ਆ ਜਾਂ 1 ਮਿੰਟ ਤੋਂ ਘੱਟ ਸਮੇਂ ਦੇ ਅੰਦਰ ਅੰਦਰ ਤੁਸੀਂ ਜਿਹੜਾ ਆ ਇਸ ਪੈਰਾਗ੍ਰਾਫ ਨੂੰ ਪੜ੍ਹ ਕੇ ਇੱਕ ਇਹਦਾ ਜਿਹੜਾ ਮੇਨ ਸਿੱਟਾ ਆ ਉਹ ਦਿਮਾਗ ਦੇ ਵਿੱਚ ਬਿਠਾ ਦਿਓ, ਫਿਰ ਤਾਂ ਤੁਹਾਡੀ ਅਪਰੋਚ ਉਹੀ ਟ੍ਰੈਡੀਸ਼ਨਲ ਅਪਰੋਚ ਹੋਊਗੀ ਕਿ ਪਹਿਲਾਂ ਪੂਰਾ ਦਾ ਪੂਰਾ ਪੈਰਾਗ੍ਰਾਫ ਰੀਡ ਕੀਤਾ ਜਿਵੇਂ ਕਿ ਆਪਾਂ ਹੁਣ ਕਰਕੇ ਦੇਖਾਂਗੇ, ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਇਹਦੇ ਬੇਸਿਸ ਤੇ ਜਿਹੜੇ ਵੀ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਸਵਾਲਾਂ ਨੂੰ ਸੋਲਵ ਕਰੀਏ। ਇਹ ਅਪਰੋਚ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਹੁੰਦੀ ਆ ਤੇ ਇਹ ਅਪਰੋਚ ਉਹਨਾਂ ਸਟੂਡੈਂਟਸ ਵਾਸਤੇ ਬਹੁਤ ਵਧੀਆ ਹੁੰਦੀ ਆ, ਉਹਨਾਂ ਵਿਦਿਆਰਥੀਆਂ ਵਾਸਤੇ ਇਹ ਅਪਰੋਚ ਬਹੁਤ ਜ਼ਿਆਦਾ ਸਹੀ ਆ ਜਿਨ੍ਹਾਂ ਦੀ ਭਾਸ਼ਾ ਨੂੰ ਪੜ੍ਹਨ ਤੇ ਸਮਝਣ ਦੀ ਪਕੜ ਜਿਹੜੀ ਆ ਉਹ ਬਹੁਤ ਜ਼ਿਆਦਾ ਕਹਿ ਲਓ ਕਿ ਵਧੀਆ ਹੁੰਦੀ ਆ, ਤੇਜ਼ ਹੁੰਦੀ ਆ। ਮੰਨ ਲਓ ਕਿ ਤੁਹਾਨੂੰ ਇਹ ਲੱਗਦਾ ਆ ਕਿ ਵੀ ਮੈਂ ਪੰਜਾਬੀ ਨੂੰ ਪੜ੍ਹਨ ਦੇ ਵਿੱਚ, ਹੈ ਨਾ, ਮੈਨੂੰ ਸਮਾਂ ਲੱਗ ਜਾਂਦਾ ਆ ਜਾਂ ਮੈਨੂੰ ਚੀਜ਼ਾਂ ਨੂੰ ਸਮਝਣ ਦੇ ਵਿੱਚ ਸਮਾਂ ਲੱਗ ਜਾਂਦਾ ਆ, ਤਾਂ ਤੁਸੀਂ ਕੀ ਕਰੋ, ਤੁਸੀਂ ਡਾਇਰੈਕਟਲੀ ਜਿਹੜਾ ਆ ਸਵਾਲਾਂ ਦੇ ਉੱਤੇ ਆਓ।
ਡਾਇਰੈਕਟਲੀ ਸਵਾਲਾਂ ਦੇ ਉੱਤੇ ਆਓ, ਸਵਾਲ ਦੇਖੋ, ਕਿਉਂਕਿ ਬਹੁਤ ਸਾਰੇ ਸਵਾਲ ਇਦਾਂ ਦੇ ਹੋਣਗੇ ਜਿਹੜੇ ਭਾਵੇਂ ਪੁੱਛੇ ਤਾਂ ਇਸ ਪੈਰਾਗ੍ਰਾਫ ਤੋਂ ਹੋਏ ਨੇ, ਪਰ ਉਹ ਤੁਹਾਡੀ ਵਿਆਕਰਨਕ ਜਿਹੜੀ ਸਮਝ ਆ ਉਹਨੂੰ ਪਰਖਣ ਵਾਸਤੇ ਹੁੰਦੇ ਨੇ। ਸੋ ਇਹ ਜਿਹੜੀ ਚੀਜ਼ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਦੋਨਾਂ ਅਪਰੋਚਿਸ ਦੇ ਵਿੱਚੋਂ ਤੁਹਾਡੀ ਆਪਣੀ ਜੋ ਬੈਸਟ ਅਪਰੋਚ ਆ ਤੁਸੀਂ ਉਹਨੂੰ ਸਿਲੈਕਟ ਕਰ ਸਕਦੇ ਹੋ, ਠੀਕ ਹੈ। ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ, ਹਾਲਾਂਕਿ ਇਹ ਬਹੁਤ ਬੇਸਿਕ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ, ਪਰ ਕਿਤੇ ਨਾ ਕਿਤੇ ਹਰ ਇੱਕ ਤਰ੍ਹਾਂ ਦਾ ਸਟੂਡੈਂਟ ਜੁੜਿਆ ਹੁੰਦਾ ਹੈ ਨਾ। ਸੋ ਕਈ ਵਾਰ ਕੀ ਹੁੰਦਾ ਕਿ ਸਟੂਡੈਂਟ ਨੂੰ ਇਹੀ ਸਮਝ ਨਹੀਂ ਆਉਂਦੀ ਵੀ ਟਾਈਮ ਮੇਰਾ ਮੈਨੇਜ ਨਹੀਂ ਹੋ ਪਾ ਰਿਹਾ। ਤਾਂ ਮੇਰੀ ਕੋਸ਼ਿਸ਼ ਇਹੀ ਰਹੂਗੀ ਕਿ ਮੈਂ ਤੁਹਾਨੂੰ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆ ਹੈ ਨਾ ਉਹ ਨਾਲ ਨਾਲ ਚੀਜ਼ਾਂ ਜਿਹੜੀਆਂ ਐਕਸਪਲੇਨ ਕਰਦੀ ਰਹਾਂ। ਸੋ ਅਗਰ ਤੁਹਾਨੂੰ ਲੱਗਦਾ, ਤੁਸੀਂ ਮੰਨ ਲਓ ਪਹਿਲੀ ਵਾਰੀ ਕੋਈ ਪੈਰਾਗ੍ਰਾਫ ਰੀਡ ਕਰ ਰਹੇ ਹੋ, ਰੀਡ ਕਰਨ ਤੋਂ ਬਾਅਦ ਤੁਸੀਂ ਦੇਖਿਆ ਕਿ ਮੈਨੂੰ ਇੰਨਾ ਕੁ ਸਮਾਂ ਲੱਗ ਗਿਆ, ਇੱਕ ਪੈਰਾਗ੍ਰਾਫ ਹੀ ਮੇਰਾ 15 ਤੋਂ 20 ਮਿੰਟ ਲੈ ਗਿਆ, ਫਿਰ ਤੁਸੀਂ ਦੇਖੋ ਦੂਸਰੀ ਅਪਰੋਚ ਕਰਕੇ ਦੇਖੋ ਤੇ ਇਹ ਦੇਖੋ ਕਿ ਤੁਹਾਡੀ ਦੋਨੋਂ ਅਪਰੋਚਿਸ ਲਾ ਕੇ ਸਮਾਂ ਕਿੱਥੇ ਬਚ ਰਿਹਾ ਤੇ ਐਕੂਰੇਸੀ ਕਿੱਥੇ ਜਿਹੜੀ ਆ ਉਹ ਘੱਟ ਵੱਧ ਰਹੀ ਆ। ਸੋ ਇਹਦੇ ਨਾਲ ਤੁਸੀਂ ਆਪਣੇ ਲਈ ਜੋ ਬੈਸਟ ਮੈਥਡ ਆ ਉਹਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਸੋ ਆਪਾਂ ਗੱਲ ਕਰਦੇ ਆ ਵੀ ਇਹਦੇ ਵਿੱਚ ਅਸਲ 'ਚ ਮੈਂਸ਼ਨ ਕੀ ਕੀਤਾ ਹੋਇਆ ਆ, ਤਾਂ ਸਕੂਲ ਦਾ ਇੱਕ ਦ੍ਰਿਸ਼ ਦਿੱਤਾ ਹੋਇਆ ਜਿਹਦੇ ਵਿੱਚ ਦੱਸਿਆ ਹੋਇਆ ਕਿ ਮੁੰਡੇ ਜਿਹੜੇ ਨੇ ਕਤਾਰਾਂ ਦੇ ਵਿੱਚ ਬਾਹਰ ਆਏ, ਪ੍ਰੇਅਰ ਗਰਾਊਂਡ ਦੇ ਵਿੱਚ ਤੱਪੜ ਤੇ ਦਰੀਆਂ ਵਿਛੀਆਂ ਹੋਈਆਂ ਸਨ, ਚੜ੍ਹਦੇ ਵਾਲੇ ਪਾਸੇ ਬਣੇ ਥੜੇ ਉੱਤੇ ਪਤਾ ਨਹੀਂ ਕਿਸ ਵੇਲੇ ਨਿੱਕਾ ਜਿਹਾ ਸ਼ਾਮਿਆਨਾ ਲਾ ਦਿੱਤਾ ਗਿਆ ਸੀ। ਸ਼ਾਮਿਆਨੇ ਦੇ ਹੇਠ ਥੜੇ ਉੱਤੇ ਵੱਡਾ ਮੇਜ਼ ਰੱਖ ਕੇ ਉਹਦੇ ਪਿਛਲੇ ਪਾਸੇ ਦਫ਼ਤਰ ਦੀਆਂ ਕੁਰਸੀਆਂ ਰੱਖੀਆਂ ਹੋਈਆਂ ਸਨ। ਮੇਜ਼ ਉੱਤੇ ਫੁੱਲਦਾਨ ਅਤੇ ਕੁਝ ਜਰਾਬਾਂ, ਬਨੈਣਾ, ਪੈਨਸਲਾਂ ਦੇ ਬੰਡਲ, ਲਾਲ, ਪੀਲੇ, ਹਰੇ ਅਤੇ ਨੀਲੇ ਪਤੰਗੀ ਕਾਗਜ਼ਾਂ ਵਿੱਚ ਬੰਨ ਕੇ ਸਜਾਏ ਹੋਏ ਸਨ। ਸੋ ਇੱਥੇ ਤੱਕ ਆਪਾਂ ਨੂੰ ਇੱਕ ਚੀਜ਼ ਦਾ ਆਈਡੀਆ ਹੋ ਗਿਆ ਕਿ ਸਕੂਲ ਦਾ ਦ੍ਰਿਸ਼ ਜਿਹੜਾ ਆ ਉਹ ਦਿਖਾਇਆ ਹੋਇਆ ਆ, ਠੀਕ ਹੈ। ਸਵੇਰ ਦਾ ਸਮਾਂ ਆ, ਬੱਚੇ ਜਿਹੜੇ ਨੇ ਉਹ ਕਤਾਰਾਂ ਦੇ ਵਿੱਚ ਆ ਰਹੇ ਨੇ, ਗਰਾਊਂਡ ਦੇ ਵਿੱਚ ਇਕੱਠੇ ਹੋ ਚੁੱਕੇ ਨੇ। ਥੜੇ ਦੇ ਦੋਹੀ ਪਾਸੇ ਕੁਝ ਕੁਰਸੀਆਂ ਅਧਿਆਪਕਾਂ ਲਈ ਹੀ ਡਾਈਆਂ ਹੋਈਆਂ ਸਨ। ਚੰਦੂ ਇਹਨਾਂ ਕੁਰਸੀਆਂ ਤੇ ਮੇਜ਼ ਦੇ ਆਲੇ ਦੁਆਲੇ ਜਿਵੇਂ ਪੂਰੀਆਂ ਪਾਉਂਦਾ ਫਿਰਦਾ ਸੀ। ਵਿਦਿਆਰਥੀ ਕਤਾਰਾਂ ਵਿੱਚ ਆਏ ਤੇ ਜਮਾਤਾਂ ਅਨੁਸਾਰ ਬੈਠਦੇ ਗਏ। ਅਧਿਆਪਕ ਆਪੋ ਆਪਣੀਆਂ ਜਮਾਤਾਂ ਵਿੱਚ ਕਤਾਰਾਂ ਪਿੱਛੇ ਖੜੋਤੇ, ਧਿਆਨ ਤੇ ਕੁਝ ਘਬਰਾਹਟ ਜਿਹੀ ਨਾਲ ਵਿਦਿਆਰਥੀਆਂ ਨੂੰ ਬਿਨਾਂ ਹਿੱਲੇ ਜੁੱਲੇ ਚੁੱਪ ਕਰਕੇ ਬੈਠਣ ਲਈ ਹਦਾਇਤਾਂ ਦੇ ਰਹੇ ਸਨ। ਪਰ ਵਿਦਿਆਰਥੀਆਂ ਦਾ ਧਿਆਨ ਬਿੰਦੇ ਝੱਟੇ ਦਫ਼ਤਰ ਵੱਲ ਚਲਾ ਜਾਂਦਾ ਸੀ। ਜਦੋਂ ਇੰਸਪੈਕਟਰ ਤੇ ਹੈੱਡਮਾਸਟਰ ਸਾਹਿਬ ਦਫ਼ਤਰ ਵਿੱਚੋਂ ਨਿਕਲ ਕੇ ਬਾਹਰ ਆਏ ਤਾਂ ਸਭ ਵਿਦਿਆਰਥੀ ਸੁਚੇਤ ਹੋ ਕੇ ਚੁੱਪਚਾਪ ਬੈਠ ਗਏ। ਉਸ ਵੇਲੇ ਡ੍ਰਿਲ ਮਾਸਟਰ ਨੇ ਵਿਸਲ ਵਜਾਈ ਤੇ ਸਾਰੇ ਵਿਦਿਆਰਥੀ ਖੜੇ ਹੋ ਗਏ। ਸੋ ਆਪਾਂ ਪੂਰਾ ਦਾ ਪੂਰਾ ਪੈਰਾਗ੍ਰਾਫ ਪੜ੍ਹ ਲਿਆ, ਹੁਣ ਪੂਰਾ ਦਾ ਪੂਰਾ ਪੈਰਾਗ੍ਰਾਫ ਆਪਾਂ ਨੂੰ ਕਲੀਅਰ ਆ। ਡਾਇਰੈਕਟਲੀ ਸਵਾਲਾਂ ਵੱਲ ਪ੍ਰੋਸੀਡ ਕਰਾਂਗੇ। ਸੋ ਸਾਡੇ ਕੋਲ ਜਿਹੜਾ ਪਹਿਲਾ ਸਵਾਲ ਆ ਉਹ ਪੁੱਛਿਆ ਗਿਆ ਆ, ਪੈਰੇ ਵਿੱਚ ਆਇਆ ਸ਼ਬਦ ਬੰਡਲ, ਪੈਰੇ ਵਿੱਚ ਆਇਆ ਸ਼ਬਦ ਬੰਡਲ ਜਿਹੜਾ ਆ ਉਹ ਵਿਆਕਰਨਕ ਅਨੁਸਾਰ ਕੀ ਹੈ? ਕੀ ਇਹ ਕੋਈ ਪੜਨਾਮ ਹੈ, ਕੀ ਇਹ ਕੋਈ ਸਮੂਹ ਵਾਚਕ ਨਾਮ ਹੈ, ਕੀ ਇਹ ਕੋਈ ਸੰਖਿਆ ਵਾਚਕ ਨਾਮ ਹੈ, ਜਾਂ ਕੀ ਇਹ ਸਾਡੇ ਕੋਲ ਕੋਈ ਵਿਸ਼ੇਸ਼ਣ ਹੈ? ਸੋ ਗੱਲਬਾਤ ਕਰਦੇ ਹਾਂ। ਪੈਰੇ ਦੇ ਵਿੱਚ ਸਾਨੂੰ ਨਾ ਇੱਥੇ ਦੱਸਿਆ ਹੋਇਆ ਸੀਗਾ, ਮੈਂਸ਼ਨ ਕੀਤਾ ਹੋਇਆ ਸੀਗਾ ਵੀ ਪੈਨਸਲਾਂ ਦੇ ਬੰਡਲ ਹੈ ਨਾ, ਪੈਨਸਲਾਂ ਦੇ ਬੰਡਲ। ਤਾਂ ਹੁਣ ਆਪਾਂ ਮੰਨ ਕੇ ਚੱਲਦੇ ਹਾਂ ਵੀ ਇਹ ਕੋਈ ਪੜਨਾਮ ਤਾਂ ਨਹੀਂ ਹੋ ਸਕਦਾ ਹੈ ਨਾ, ਪੜਨਾਮ ਤਾਂ ਨਹੀਂ ਹੋ ਸਕਦਾ, ਠੀਕ ਹੈ। ਪੜਨਾਮ ਹੁੰਦਾ ਕੀ ਹੈ ਜੇ ਉਹਦੀ ਆਪਾਂ ਥੋੜ੍ਹੀ ਜਿਹੀ ਡਿਸਕਸ਼ਨ ਕਰ ਲਈਏ, ਤਾਂ ਨਾਮ ਜਿਹੜੇ ਹੁੰਦੇ ਨੇ, ਚੀਜ਼ਾਂ ਦੇ ਜਿਹੜੇ ਨਾਮ ਹੁੰਦੇ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਅਸੀਂ ਜਿਵੇਂ ਕਿ ਹੁਣ ਵੀ ਮੈਂ ਬੋਲਦੇ ਹੋਏ ਬਹੁਤ ਸਾਰੇ ਪੜਨਾਮ ਵਰਤ ਰਹੀ ਹਾਂ, ਮੈਂ, ਉਹਨਾਂ, ਠੀਕ ਹੈ, ਉਹ, ਤੁਸੀਂ, ਇਹ ਸਾਰੇ ਦੇ ਸਾਰੇ ਪੜਨਾਮ ਹੁੰਦੇ ਨੇ। ਸੋ ਇਹ ਪੜਨਾਮ ਤਾਂ ਮੈਨੂੰ ਲੱਗ ਨਹੀਂ ਰਿਹਾ। ਸਮੂਹ ਵਾਚਕ ਨਾਮ, ਕੀ ਇਹ ਕੋਈ ਸਮੂਹ ਵਾਚਕ ਨਾਮ ਹੈ? ਠੀਕ ਹੈ, ਤੁਸੀਂ ਆਪ ਦੇਖੋ। ਬਿਲਕੁਲ ਜੀ, ਤੁਸੀਂ ਦੇਖੋ ਕਿ ਪੈਨਸਲਾਂ ਦੇ ਸਮੂਹ ਦਾ ਇੱਕ ਨਾਮ ਰੱਖਿਆ ਹੋਇਆ, ਪੈਨਸਲਾਂ ਦੇ ਸਮੂਹ ਨੂੰ, ਬਹੁਤ ਸਾਰੀਆਂ ਪੈਨਸਲਾਂ ਸੀ ਉਹਨਾਂ ਨੂੰ ਬੰਡਲ ਕਹਿ ਦਿੱਤਾ ਗਿਆ, ਠੀਕ ਹੈ ਜੀ। ਸੋ ਇਹ ਸਾਡੇ ਕੋਲ ਕੀ ਆ? ਸਮੂਹ ਵਾਚਕ ਨਾਮ ਹੈ, ਠੀਕ ਹੈ। ਅਗਲੇ ਕੁਐਸਚਨ ਵੱਲ ਵੱਧਦੇ ਹਾਂ। ਸੋ ਅਗਲਾ ਜਿਹੜਾ ਸਾਡੇ ਕੋਲ ਸਵਾਲ ਹੈ ਉਹ ਹੈ ਜੀ, ਪੈਰੇ ਵਿੱਚ ਕਿਸ ਅਸਥਾਨ ਦੇ ਘਟਨਾ ਚੱਕਰ ਵਾਪਰ ਰਿਹਾ ਹੈ? ਸੋ ਕਿਹੜੀ ਜਗ੍ਹਾ ਦੇ ਉੱਤੇ ਸਾਰੀ ਗੱਲ ਚੀਜ਼ ਹੋ ਰਹੀ ਆ? ਸਿਆਸੀ ਸਭਾ, ਸਿੱਖਿਆ ਦਫ਼ਤਰ, ਸਕੂਲ ਜਾਂ ਮੇਲਾ? ਸੌਖਾ ਸਵਾਲ ਸੀਗਾ,
ਠੀਕ ਹੈ, ਸਕੂਲ, ਠੀਕ ਹੈ। ਸੋ ਬੇਸਿਕਲੀ ਕੀ ਹੁੰਦਾ ਨਾ, ਕਈ ਵਾਰ ਕੀ ਹੁੰਦਾ, ਕਈ ਜਿਹੜੇ ਸਟੂਡੈਂਟਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਕਾਹਲੀ ਕਰ ਜਾਂਦੇ ਨੇ, ਹਾਲਾਂਕਿ ਇਹ ਬਹੁਤ ਸੌਖਾ ਆ, ਹੈ ਨਾ, ਕੋਈ ਬਹੁਤ ਔਖਾ ਨਹੀਂ ਹੈਗਾ। ਪਰ ਕਈ ਵਾਰ ਅਸੀਂ ਕੀ ਕਰਦੇ ਹਾਂ, ਕਿਉਂਕਿ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਹਾਂ ਕਿ ਤੁਸੀਂ ਇੱਕ ਕ੍ਰਿਟੇਰੀਆ ਲੈ ਕੇ ਚੱਲੋ, ਤੁਸੀਂ ਪੇਪਰ 'ਚ ਬੈਠੇ ਹੋ, ਸਾਰੇ ਸਬਜੈਕਟ ਕਰ ਰਹੇ ਹੋ, ਹੈ ਨਾ, ਤਾਂ ਉਦੋਂ ਕਈ ਵਾਰ ਕੀ ਹੁੰਦਾ ਕਿ ਅਸੀਂ ਬਿਨਾਂ ਪੈਰਾਗ੍ਰਾਫ ਪੜ੍ਹੇ ਹੀ ਸਿੱਧਾ ਜਦੋਂ ਸਵਾਲ ਕਰਦੇ ਹਾਂ, ਪੈਰਾਗ੍ਰਾਫ ਬਾਰੇ ਬਿਲਕੁਲ ਮੋਟੀਆਂ ਮੋਟੀਆਂ ਲਾਈਨਾਂ ਵੀ ਨਹੀਂ ਪੜ੍ਹੀਆਂ, ਆਈਡੀਆ ਹੈ ਨਹੀਂ, ਤਾਂ ਕਿਤੇ ਨਾ ਕਿਤੇ ਕਈ ਵਾਰ ਗਲਤੀ ਹੋ ਜਾਂਦੀ ਆ, ਹੈ ਨਾ। ਸੋ ਨੈਕਸਟ ਕੁਐਸਚਨ ਜਿਹੜਾ ਸਾਡੇ ਕੋਲ ਸੀਗਾ, ਇਸ ਪੈਰੇ ਵਿੱਚ ਆਏ ਸ਼ਬਦ ਫੋਰੀਆਂ ਦਾ ਕੀ ਅਰਥ ਹੈ? ਹੁਣ ਫੋਰੀਆਂ ਸ਼ਬਦ ਕੀ ਹੁੰਦਾ ਆ? ਦੇਖੋ ਆਪਾਂ ਪੈਰਾਗ੍ਰਾਫ ਦੇ ਵਿੱਚ ਪੜ੍ਹਿਆ ਵੀ ਸੀਗਾ ਵੀ ਇੱਕ ਚੰਦੂ ਨਾਮ ਦਾ ਬੰਦਾ ਆ ਉੱਥੇ, ਜਿਹੜਾ ਕਿ ਮੇਜ਼ ਕੁਰਸੀਆਂ ਦੇ ਆਲੇ ਦੁਆਲੇ ਫੋਰੀਆਂ ਜੀਆਂ ਪਾਉਂਦਾ ਤੁਰਿਆ ਫਿਰਦਾ ਸੀ। ਹੁਣ ਇਹ ਫੋਰੀਆਂ ਪਾਉਣ ਦਾ ਮਤਲਬ ਕੀ ਹੁੰਦਾ? ਜਿਵੇਂ ਆਪਾਂ ਕਹਿੰਦੇ ਹਾਂ ਨਾ, ਵੱਡੇ ਵੱਡੇ ਸਟੈਪ ਲੈ ਕੇ ਬੰਦਾ ਤੁਰਿਆ ਜੇ ਫਿਰਦਾ ਹੁੰਦਾ ਆ, ਕਦੇ ਇੱਧਰ ਆ ਗਿਆ ਕਦੇ ਉੱਧਰ ਆ ਗਿਆ, ਉਹਦੇ ਵਾਸਤੇ ਆਪਾਂ ਇੱਕ ਹੋਰ ਟਰਮ ਯੂਜ਼ ਕਰਦੇ ਹੁੰਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਆ ਛੜੱਪੇ ਪਾਉਣਾ, ਠੀਕ ਹੈ, ਛੜੱਪੇ ਮਾਰਨੇ। ਸੋ ਫੋਰੀਆਂ ਦਾ ਮਤਲਬ ਹੁੰਦਾ ਜੀ ਛੜੱਪੇ। ਸੋ ਸੀ ਆਪਸ਼ਨ ਜਿਹੜਾ ਹੈ ਬਿਲਕੁਲ ਸਹੀ ਹੋ ਜਾਣਾ ਸੀਗਾ। ਅਗਲੇ ਸਵਾਲ ਵੱਲ ਵਧਦੇ ਹਾਂ। ਸੋ ਅਗਲਾ ਸਵਾਲ ਹੈ ਜੀ, ਵਾਕੰਸ਼ ਚੜ੍ਹਦੇ ਵਾਲੇ ਪਾਸੇ ਤੋਂ ਕੀ ਸਮਝਦੇ ਆ? ਆ ਚੜ੍ਹਦੇ ਵਾਲੇ ਪਾਸੇ ਦਾ ਤਾਂ ਬਾਅਦ ਚ ਦੇਖਾਂਗੇ, ਪਹਿਲਾਂ ਤਾਂ ਸਾਨੂੰ ਕੋਈ ਇਹ ਦੱਸ ਦੇਵੇ ਕਿ ਇਹ ਵਾਕੰਸ਼ ਕੀ ਹੁੰਦੇ ਨੇ, ਕਿਉਂਕਿ ਗ੍ਰਾਮਰਟਿਕਲੀ ਵਿਆਕਰਨਕ ਤੌਰ ਦੇ ਉੱਤੇ ਸਾਨੂੰ ਜਿਹੜੀ ਇਕਾਈਆਂ ਨੇ ਉਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਹ ਤਾਂ ਆਪਣਾ ਪਹਿਲਾ ਪਾਰਟ ਹੈ, ਇਹਦੇ ਵਿੱਚ ਤੇ ਆਪਾਂ ਪੈਰਾਗ੍ਰਾਫ ਬੇਸਿਸ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਡਿਸਕਸ ਕਰ ਰਹੇ ਹਾਂ। ਅੱਗੇ ਜਾਂਦੇ ਜਾਂਦੇ ਜਦੋਂ ਅਸੀਂ ਵਿਆਕਰਨਕ ਇਕਾਈਆਂ ਦੇ ਉੱਤੇ ਆਉਣਾ, ਤਾਂ ਉੱਥੇ ਸਾਨੂੰ ਇਸ ਗੱਲ ਦੀ ਵੀ ਜਿਹੜੀ ਸਮਝ ਆ ਉਹ ਹੋਣੀ ਬਹੁਤ ਜ਼ਰੂਰੀ ਆ ਕਿ ਗ੍ਰਾਮਰਟਿਕਲੀ ਚੀਜ਼ਾਂ ਕੀ ਨੇ, ਹੈ ਨਾ। ਸੋ ਇਹ ਵਾਕੰਸ਼ ਜਿਹੜਾ ਆ, ਇਹਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੋਇਆ, ਵਾਕ ਪਲੱਸ ਅੰਸ਼। ਹੁਣ ਇੱਕ ਵਾਕ ਆਪਣੇ ਆਪ ਦੇ ਵਿੱਚ ਕੀ ਹੁੰਦਾ ਆ? ਸ਼ਬਦਾਂ ਦਾ ਉਹ ਸਮੂਹ ਜਿਹੜਾ ਕਿ ਸਾਡੇ ਸਾਹਮਣੇ ਇੱਕ ਸਾਰਥਕ ਮਤਲਬ ਲੈ ਕੇ ਆਵੇ, ਹੈ ਨਾ, ਉਹਨੂੰ ਆਪਾਂ ਕੀ ਕਹਿ ਦਿੰਦੇ, ਇੱਕ ਵਾਕ ਕਹਿ ਦਿੰਦੇ ਆ। ਹੁਣ ਵਾਕ ਦਾ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਆਪਣੇ ਆਪ ਦੇ ਵਿੱਚ ਕੰਪਲੀਟ ਨਾ ਹੋਵੇ, ਯਾਨੀ ਕਿ ਸ਼ਬਦਾਂ ਦਾ ਸਮੂਹ ਤਾਂ ਹੋਵੇ, ਸ਼ਬਦਾਂ ਦਾ ਸਮੂਹ ਤਾਂ ਹੋਵੇ, ਪਰ ਆਪਣੇ ਆਪ ਦੇ ਵਿੱਚ ਕੰਪਲੀਟ ਨਾ ਹੋਵੇ। ਇਹਨੂੰ ਕੰਪਲੀਟ ਹੋਣ ਵਾਸਤੇ, ਇਹਨੂੰ ਪੂਰਾ ਹੋਣ ਵਾਸਤੇ ਹੋਰ ਸ਼ਬਦਾਂ ਦੇ ਸਮੂਹ ਦੀ ਲੋੜ ਪਊਗੀ, ਜਿਹਦੇ ਨਾਲ ਇਹ ਪੂਰਾ ਦਾ ਪੂਰਾ ਇੱਕ ਵਾਕ ਦਾ ਰੂਪ ਰਹੂਗਾ। ਉਹ ਵਾਕੰਸ਼ ਜਿਹੜਾ ਹੁੰਦਾ ਉਹ ਇੱਕ ਵਾਕ ਦਾ ਛੋਟਾ ਹਿੱਸਾ ਹੁੰਦਾ ਜਿਹਦੇ ਵਿੱਚ ਸ਼ਬਦਾਂ ਦੇ ਸਮੂਹ ਤਾਂ ਭਾਵੇਂ ਹੁੰਦੇ ਨੇ, ਪਰ ਇਹਨਾਂ ਦਾ ਆਪਣਾ ਜਿਹੜਾ ਕੋਈ ਕਹਿ ਦੋ ਵੀ ਜੇ ਇਕੱਲਾ ਕੁਛ ਕਹਿ ਦਈਏ ਤਾਂ ਮੀਨਿੰਗ ਨਹੀਂ, ਗੱਲ ਦਾ ਮੀਨਿੰਗ ਨਹੀਂ ਕਲੀਅਰ ਹੁੰਦਾ, ਪਰ ਇਹਨਾਂ ਵਾਕੰਸ਼ਾਂ ਦਾ ਆਪਣਾ ਕੋਈ ਮਤਲਬ ਜ਼ਰੂਰ ਹੋਊਗਾ। ਜਿਵੇਂ ਮੁਹਾਵਰੇ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਉਹ ਜਿਹੜੇ ਮੁਹਾਵਰੇ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਕੀ ਹੁੰਦੇ ਨੇ, ਇੱਕ ਤਰ੍ਹਾਂ ਦੇ ਵਾਕੰਸ਼ ਹੀ ਹੁੰਦੇ ਨੇ, ਉਹਨਾਂ ਦਾ ਆਪਣਾ ਇੱਕ ਮੀਨਿੰਗ ਹੁੰਦਾ ਆ, ਤੇ ਜਦੋਂ ਅਸੀਂ ਉਹਨਾਂ ਨੂੰ ਵਾਕਾਂ ਦੇ ਵਿੱਚ ਵਰਤਦੇ ਹਾਂ ਤਾਂ ਇੱਕ ਆਪਣਾ ਸਪੈਸ਼ਲ ਮੀਨਿੰਗ ਦਿੰਦੇ ਨੇ। ਸੋ ਇੱਥੇ ਜਿਹੜਾ ਸਾਡੇ ਕੋਲ ਵਾਕੰਸ਼ ਪੁੱਛਿਆ ਗਿਆ ਸੀਗਾ, ਚੜ੍ਹਦੇ ਵਾਲੇ ਪਾਸੇ, ਸੋ ਚੜ੍ਹਦੇ ਵਾਲੇ ਪਾਸੇ ਆਪਾਂ ਆਮ ਤੌਰ ਤੇ ਵੀ ਇਹ ਸ਼ਬਦ ਜਿਹੜਾ ਆ ਵਰਤਦੇ ਹਾਂ। ਸੋ ਚੜ੍ਹਦਾ ਵਾਲਾ ਪਾਸਾ ਆਪਾਂ ਕਿਹਨੂੰ ਕਹਿੰਦੇ ਹਾਂ? ਜਿਸ ਦਿਸ਼ਾ ਦੇ ਵਿੱਚੋਂ ਸੂਰਜ ਉੱਗਰਿਆ ਹੁੰਦਾ ਆ। ਸੋ ਸੂਰਜ ਜਿਹੜਾ ਆਪਾਂ ਨੂੰ ਸਭ ਨੂੰ ਪਤਾ ਆ ਕਿ ਪੂਰਬੀ ਪਾਸੇ ਤੋਂ ਉੱਗਦਾ ਆ, ਸੋ ਬਿਲਕੁਲ ਇਹਦਾ ਜਿਹੜਾ ਆਪਸ਼ਨ ਹੈ ਪੂਰਬੀ ਪਾਸਾ, ਠੀਕ ਹੈ ਜੀ, ਉਹ ਆਉਣਾ ਆ, ਚੜ੍ਹਦਾ ਵਾਲਾ ਪਾਸਾ ਜਿੱਥੋਂ ਸੂਰਜ ਉੱਗਦਾ ਆ। ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਅਗਲਾ ਜਿਹੜਾ ਸਵਾਲ ਹੈ ਜੀ, ਉਹ ਪੁੱਛਿਆ ਹੋਇਆ ਸੀ ਪੈਰੇ ਦੀਆਂ 17 ਵਿੱਚ ਗੁਣਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਹੈ। ਹੁਣ ਪਹਿਲੀ ਗੱਲ ਤਾਂ ਸਾਨੂੰ ਵਿਸ਼ੇਸ਼ਣ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ, ਹੈ ਨਾ। ਸੋ ਵਿਸ਼ੇਸ਼ਣ ਕੀ ਨੇ? ਆਪਾਂ ਜਦੋਂ ਗ੍ਰਾਮਰ ਦੀ ਗੱਲ ਕਰਦੇ ਹਾਂ, ਵਿਆਕਰਨ ਦੀ ਗੱਲ ਕਰਦੇ ਹਾਂ, ਤਾਂ ਕਈ ਵਾਰ ਨਾ ਆਪਾਂ ਭਾਸ਼ਾਵਾਂ ਨੂੰ ਮਿਕਸ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਿੰਨੇ ਕੁ ਰੂਲ ਆਪਾਂ ਨੂੰ ਪੰਜਾਬੀ ਦੇ ਪਤਾ ਹੁੰਦੇ ਨੇ ਉਨੇ ਕੁ ਰੂਲ ਆਪਾਂ ਇੰਗਲਿਸ਼ ਤੇ ਲਾਉਣੇ ਸ਼ੁਰੂ ਕਰ ਦਿੰਦੇ ਹਾਂ, ਤੇ ਜਿੰਨੇ ਕੁ ਇੰਗਲਿਸ਼ ਦੇ ਪਤਾ ਹੁੰਦੇ ਨੇ ਉਨੇ ਕੁ ਕਈ ਵਾਰੀ ਪੰਜਾਬੀ ਤੇ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਪਰ ਜਦੋਂ ਅਸੀਂ ਵਿਸ਼ੇਸ਼ਣ ਵਰਗੇ ਟੌਪਿਕ ਨੂੰ ਸਮਝਦੇ ਹਾਂ, ਜੇ ਕਿਸੇ ਨੇ ਬਹੁਤ ਡਿਟੇਲ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੇ ਐਡਜੈਕਟਿਵਸ ਨੇ ਉਹਨਾਂ ਨੂੰ ਸਮਝਿਆ ਹੋਇਆ ਤੇ ਪੰਜਾਬੀ ਦੇ ਵਿੱਚ ਵਿਸ਼ੇਸ਼ਣ ਨੂੰ ਸਮਝਿਆ ਹੋਇਆ ਆ,
ਤੁਹਾਨੂੰ ਇੱਕ ਗੱਲ ਦੀ ਸਮਝ ਆ ਜਾਊਗੀ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਤਾਂ ਅਸੀਂ ਸਿੱਧਾ ਇਹ ਕਹਿੰਦੇ ਹਾਂ ਕਿ ਸਾਡੇ ਨਾਊਨ ਜਾਂ ਫਿਰ ਸਾਡੇ ਪ੍ਰੋਨਾਊਨ, ਹੈ ਨਾ, ਸਾਡੇ ਨਾਮ ਜਾਂ ਸਾਡੇ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਅਸੀਂ ਵਿਸ਼ੇਸ਼ਣ ਕਹਿ ਦਿੰਦੇ ਹਾਂ। ਪਰ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ, ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸ਼ਬਦ, ਹਾਲਾਂਕਿ ਇਹ ਐਕਸੈਪਸ਼ਨਸ ਨੇ, ਸਾਡੇ ਕੋਲ ਇੱਕ ਵਿਸ਼ੇਸ਼ਣ ਤੇ ਇੱਕ ਸਾਡੇ ਕੋਲ ਕਿਰਿਆ ਵਿਸ਼ੇਸ਼ਣ, ਇੱਕ ਸਾਡੇ ਕੋਲ ਕਿਰਿਆ ਵਿਸ਼ੇਸ਼ਣ, ਇਹ ਦੋ ਸਾਡੇ ਕੋਲ ਵਿਆਕਰਨਕ ਇਕਾਈਆਂ ਤਾਂ ਭਾਵੇਂ ਹੈਗੀਆਂ ਨੇ, ਪਰ ਸਾਡੇ ਜਿਹੜੇ ਇਹ ਵਿਸ਼ੇਸ਼ਣ ਨੇ ਇਹ ਕਈ ਵਾਰ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਵੀ ਦੱਸ ਜਾਂਦੇ ਨੇ, ਫਿਰ ਵੀ ਅਸੀਂ ਇਹਨਾਂ ਨੂੰ ਵਿਸ਼ੇਸ਼ਣ ਹੀ ਕਹਿੰਦੇ ਹਾਂ। ਤਾਂ ਇਹ ਇੱਕ ਬਹੁਤ ਗੁੰਝਲਦਾਰ ਜੀ ਗੱਲ ਕਹੀ ਆ ਮੈਂ, ਬਟ ਇਹ ਐਕਸੈਪਸ਼ਨ ਹੁੰਦੀ ਹੈ ਕਿ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਕਿਰਿਆ ਦੀ ਵਿਸ਼ੇਸ਼ਤਾ ਤਾਂ ਦੱਸਦੇ ਨੇ ਪਰ ਅਸੀਂ ਉਹਨਾਂ ਨੂੰ ਵਿਸ਼ੇਸ਼ਣ ਹੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਸੋ ਬੇਸਿਕਲੀ ਹੁਣ ਗੁਣਵਾਚਕ ਵਿਸ਼ੇਸ਼ਣ ਕਿਹੜੇ ਹੋਣਗੇ? ਜਿਹੜੇ ਕਿਸੇ ਚੀਜ਼ ਦਾ ਗੁਣ ਦੱਸਣਗੇ, ਹੈ ਨਾ। ਗੁਣ ਦੇ ਵਿੱਚ ਬਹੁਤ ਕੁਝ ਆ ਸਕਦਾ ਆ, ਗੁਣ ਦੇ ਵਿੱਚ ਕਿਸੇ ਚੀਜ਼ ਦਾ ਰੰਗ ਵੀ ਆ ਸਕਦਾ ਆ, ਠੀਕ ਹੈ, ਕਿਸੇ ਦਾ ਸਾਈਜ਼ ਵੀ ਆ ਸਕਦਾ ਆ, ਕਿਸੇ ਦੀ ਕੋਈ ਜਿਹੜੀ ਸਮਰੱਥਾ ਉਹ ਵੀ ਆ ਸਕਦੀ ਆ, ਹੈ ਨਾ। ਸੋ ਜਰਾਬ ਤਾਂ ਨਾਮ ਹੈ, ਠੀਕ ਹੈ ਜੀ, ਜਰਾਬ ਤਾਂ ਨਾਮ ਹੈ, ਸੋ ਇਹ ਆਪਸ਼ਨ ਗਲਤ ਹੋ ਗਿਆ। ਪਤੰਗੀ ਬਾਰੇ ਮੈਨੂੰ ਹਜੇ ਪਤਾ ਨਹੀਂ, ਪਰ ਕਾਗਜ਼ ਜਿਹੜਾ ਹੈ ਉਹ ਵੀ ਮੇਰੇ ਕੋਲ ਇੱਕ ਨਾਮ ਹੈ, ਤੇ ਉਪਰੋਕਤ ਸਾਰੇ ਫਿਰ ਆ ਨਹੀਂ ਸਕਦੇ। ਆਪਸ਼ਨ ਹੋ ਗਿਆ ਜੀ ਪਤੰਗੀ। ਸੋ ਇਹ ਇੱਕ ਮੈਥਡ ਹੁੰਦਾ ਆ, ਹਾਲਾਂਕਿ ਪਤੰਗੀ ਜਿਹੜਾ ਆ ਉੱਥੇ ਆਪਾਂ ਪੜ੍ਹਿਆ ਵੀ ਸੀਗਾ ਕਿ ਜਿਹੜੇ ਪੈਨਸਲਾਂ ਦੇ ਬੰਡਲ ਸੀਗੇ, ਬਾਕੀ ਸਾਰਾ ਕੁਝ ਸੀ, ਉਹਨਾਂ ਨੂੰ ਰੰਗ ਬਿਰੰਗੇ ਪਤੰਗੀ ਕਾਗਜ਼ਾਂ ਦੇ ਵਿੱਚ, ਪਤੰਗੀ ਕਾਗਜ਼ ਕਿਹੜੇ ਹੁੰਦੇ ਨੇ? ਜਿਹੜੇ ਕਾਗਜ਼ ਬਹੁਤ ਪਤਲੇ ਹੁੰਦੇ ਨੇ, ਤੇ ਹੁਣ ਉੱਥੇ ਜਿਹੜਾ ਸ਼ਬਦ ਯੂਜ਼ ਕੀਤਾ ਗਿਆ ਸੀ ਪਤੰਗੀ ਕਾਗਜ਼ਾਂ ਜਾਂ ਕਾਗਜ਼, ਹੁਣ ਤੁਸੀਂ ਆਪ ਦੇਖੋ ਕਿ ਇਹ ਜਿਹੜੇ ਕਾਗਜ਼ ਸ਼ਬਦ ਹੈ ਇਹ ਨਾਮ ਹੈ, ਹਨਾ, ਇਹ ਨਾਮ ਹੈ ਸਾਡੇ ਕੋਲ, ਤੇ ਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕੀ ਹੋਊਗਾ? ਵਿਸ਼ੇਸ਼ਣ ਹੋਊਗਾ। ਇਹ ਤਾਂ ਚਲੋ ਸਿੱਧਾ ਹੀ ਆਨਸਰ ਆਪਾਂ ਕੱਢ ਲਿਆ, ਇਹ ਤਾਂ ਕੋਈ ਬਹੁਤ ਔਖਾ ਨਹੀਂ ਸੀ, ਪਰ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹ ਰਹੀ ਹਾਂ ਕਿ MCQs ਨੂੰ ਜਦੋਂ ਅਸੀਂ ਸੋਲਵ ਕਰਦੇ ਹਾਂ ਤਾਂ ਕਈ ਵਾਰ ਕੀ ਹੁੰਦਾ ਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਸੈਕਿੰਡ ਅਪਰੋਚ ਹੁੰਦੀ ਆ ਕਿ ਤੁਸੀਂ ਮੋਟਾ ਮੋਟਾ ਜਿਹੜਾ ਆ ਟੋਪਿਕ ਨੂੰ ਪੜ੍ਹ ਲਿਆ, ਹੁਣ ਤੁਸੀਂ ਮੰਨ ਲਓ ਉੱਥੇ ਪਤੰਗੀ ਸ਼ਬਦ ਮਿਸ ਕਰ ਗਏ ਸੀਗੇ, ਤਾਂ ਤੁਸੀਂ ਬਿਨਾਂ ਪੈਰੇਗ੍ਰਾਫ ਦੇ ਉੱਤੇ ਟਾਈਮ ਵੇਸਟ ਕੀਤੇ ਵੀ ਸਿੱਧਾ ਤੌਰ ਦੇ ਉੱਤੇ ਜਿਹੜਾ ਆਪਣਾ ਆਨਸਰ ਫਾਈਂਡ ਆਊਟ ਕਰ ਸਕਦੇ ਹੋ ਜੇ ਤੁਹਾਨੂੰ ਗ੍ਰਾਮਰ ਦੀ ਚੰਗੀ ਜਿਹੜੀ ਆ ਨੌਲੇਜ ਆ। ਠੀਕ ਹੈ। ਸੋ ਇੱਥੋਂ ਆਪਾਂ ਆਨਸਰ ਇਸ ਤਰੀਕੇ ਨਾਲ ਕੱਢ ਲਿਆ ਕਿ ਬਈ ਜਿਹੜੇ ਨਹੀਂ ਬਣ ਸਕਦੇ ਉਹਨਾਂ ਨੂੰ ਕੱਢਤਾ, ਇੱਕੋ ਹੀ ਆਪਸ਼ਨ ਬਚੀ ਮੇਰੇ ਕੋਲ ਐਂਡ ਤੇ। ਨੈਕਸਟ ਜਿਹੜਾ ਕੁਐਸਚਨ ਹੈ ਉਹ ਹੈ ਜੀ ਸ਼ਾਮਿਆਨਾ ਕਿਸ ਥਾਂ ਤੇ ਲਾਇਆ ਗਿਆ ਸੀਗਾ। ਸੋ ਇਹ ਤਾਂ ਦੇਖੋ ਸਵਾਲ ਦੇ ਵਿੱਚ ਉੱਥੇ ਹੀ ਆਊਗਾ, ਟੌਪਿਕ ਤੋਂ ਹੀ ਪਤਾ ਲੱਗੂਗਾ, ਬੜੇ ਉੱਪਰ, ਸਕੂਲ ਦੇ ਬਾਹਰ, ਦਫ਼ਤਰ ਦੇ ਬਾਹਰ ਜਾਂ ਉਪਰੋਕਤ ਕੋਈ ਨਹੀਂ। ਇਹ ਬੜੇ ਉੱਪਰ ਨਹੀਂ ਹੈਗਾ, ਇਹ ਥੜੇ ਉੱਪਰ ਆ। ਠੀਕ ਹੈ। ਸੋ ਇਹ ਹੈਗਾ ਜੀ ਥੜੇ ਉੱਪਰ। ਸੋ ਇਹ ਆਨਸਰ ਤਾਂ ਤੁਹਾਨੂੰ ਆਲਰੇਡੀ ਪਤਾ ਹੋਊਗਾ, ਆਪਾਂ ਪੜ੍ਹਿਆ ਵੀ ਸੀਗਾ ਇਹ ਥੜੇ ਦੇ ਉੱਤੇ ਕਦੋਂ ਸ਼ਾਮਿਆਨਾ ਲੱਗ ਗਿਆ। ਹੁਣ ਇਹ ਸ਼ਾਮਿਆਨਾ ਕੀ ਹੁੰਦਾ, ਕੋਈ ਸਾਨੂੰ ਸ਼ਾਮਿਆਨਾ ਬਾਰੇ ਦੱਸ ਦੇ। ਸ਼ਾਮਿਆਨਾ ਹੁੰਦਾ ਆ ਕਿ ਜਦੋਂ ਆਪਾਂ ਕਹਿ ਦਈਏ ਵੀ ਕੋਈ ਜਿੱਥੇ ਆਪਾਂ ਕਹਿ ਦਈਏ ਵੀ ਗਰੁੱਪ ਬੈਠ ਜਾਵੇ, ਹੈ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਸਭਾ ਲੱਗ ਗਈ, ਉਵੇਂ ਸ਼ਾਮਿਆਨਾ ਹੁੰਦਾ ਕਿ ਥੋੜ੍ਹੀ ਜਿਹੀ ਤਿਆਰੀ ਕਰਤੀ ਕਿ ਕੋਈ ਮੇਨ ਜਿਹੜੇ ਆਪਣੇ ਗੈਸਟ ਨੇਗੇ ਉਹ ਇੱਕ ਜਗ੍ਹਾ ਤੇ ਬਹਿ ਜਾਣਗੇ, ਬਾਕੀ ਭੀੜ ਜਿਹੜੀ ਉਹਨਾਂ ਨੂੰ ਸੁਣਨ ਵਾਸਤੇ ਬੈਠੀ ਹੈ ਤਾਂ ਉਹਨੂੰ ਸ਼ਾਮਿਆਨਾ ਕਹਿ ਦਿੰਦੇ ਆ। ਸੋ ਸ਼ਾਮਿਆਨਾ ਜਿਹੜਾ ਕਿਸ ਥਾਂ ਦੇ ਉੱਤੇ ਲਾਇਆ ਗਿਆ ਸੀਗਾ? ਥੜੇ ਦੇ ਉੱਤੇ ਲਾਇਆ ਗਿਆ ਸੀਗਾ। ਠੀਕ ਹੈ ਜੀ। ਅੱਗੇ ਸਵਾਲ ਹੈ ਕਤਾਰ ਤੋਂ ਕੀ ਭਾਵ ਹੈ? ਸੋ ਕਤਾਰ ਹੋ ਗਈ, ਲਾਈਨ ਹੋ ਗਈ, ਹਾਲਾਂਕਿ ਲਾਈਨ ਜਿਹੜਾ ਆ ਉਹ ਅੰਗਰੇਜ਼ੀ ਦਾ ਸ਼ਬਦ ਹੈ, ਤੇ ਇੱਕ ਹੁੰਦੀਆਂ ਨੇ ਸਤਰ। ਤੁਸੀਂ ਆਮ ਤੌਰ ਤੇ ਇਹ ਲਾਈਨਾਂ ਜਿਹੜੀਆਂ ਨੇ ਪੜੀਆਂ ਹੋਣਗੀਆਂ ਕਿ ਹੇਠ ਲਿਖੀਆਂ ਸਤਰਾਂ ਜਿਹੜੀਆਂ ਨੇ ਉਹਨਾਂ ਦੇ ਬੇਸਿਸ ਦੇ ਉੱਤੇ ਕੋਈ ਫਲਾਣਾ ਆਨਸਰ ਦਿਓ। ਸੋ ਕਤਾਰ ਜਿਹੜੀ ਆ ਉਹ ਸਿਫਰ ਨਹੀਂ ਹੁੰਦੀ, ਸਿਫਰ ਜ਼ੀਰੋ ਨੂੰ ਕਹਿ ਦਿੰਦੇ ਆ। ਠੀਕ ਹੈ। ਵੈਦਿਆਨ ਵੀ ਨਹੀਂ ਹੁੰਦੀ, ਝੁੰਡ ਵੀ ਨਹੀਂ ਹੁੰਦੀ, ਸਤਰ ਹੁੰਦੀ ਆ, ਲਾਈਨਾਂ ਹੁੰਦੀਆਂ ਨੇ। ਠੀਕ ਹੈ ਜੀ। ਸੋ ਅਗਲੇ ਸਵਾਲ ਵੱਲ ਵੱਧਦੇ ਹਾਂ। ਅਗਲੇ ਸਵਾਲ ਦੇ ਵਿੱਚ ਸੀਗਾ ਜੀ ਪੈਰੇ ਦੇ ਵਿੱਚ ਕੁਝ ਸ਼ਬਦ ਖਾਸ ਨਾਮ ਨੇ, ਹੈ ਨਾ। ਕੋਈ ਖਾਸ ਨਾਮ ਕੀ ਹੁੰਦੇ ਨੇ?
ਇਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਸੋ ਬੇਸਿਕਲੀ ਕੀ ਹੁੰਦਾ ਆ ਕਿ ਸਾਡੇ ਜਿਹੜੇ ਨਾਮ ਨੇ, ਹੈ ਨਾ, ਹਰ ਇੱਕ ਚੀਜ਼ ਦਾ ਇੱਕ ਆਪਣਾ ਨਾਮ ਆ। ਹੁਣ ਉਹ ਨਾਮ ਇੱਕ ਤਾਂ ਅਸੀਂ ਆਮ ਨਾਮ ਕਹਿ ਦਿੰਦੇ ਹਾਂ, ਆਮ ਨਾਮ ਕਿਵੇਂ, ਜਿਵੇਂ ਲੜਕੀ, ਹੈ ਨਾ, ਜਿਵੇਂ ਲੜਕੀ ਹੋ ਗਈ, ਜਿਵੇਂ ਜਮਾਤ ਹੋ ਗਈ, ਠੀਕ ਹੈ, ਜਿਵੇਂ ਲੜਕਾ ਹੋ ਗਿਆ, ਜਿਵੇਂ ਫਲ, ਠੀਕ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਹੋਰ ਆਪਣੇ ਕੋਲ ਕੀ ਆਪਸ਼ਨ ਆ ਸਕਦਾ ਆ, ਜਿਵੇਂ ਜਾਨਵਰ, ਠੀਕ ਹੈ। ਤਾਂ ਇਹ ਸਾਰੇ ਦੇ ਸਾਰੇ ਆਪਣੇ ਕੋਲ ਆਮ ਨਾਮ ਹੈ, ਕਿਉਂਕਿ ਲੜਕੀ ਕੋਈ ਵੀ ਹੋ ਸਕਦੀ ਆ, ਅਧਿਆਪਕ ਕੋਈ ਵੀ ਹੋ ਸਕਦਾ ਆ, ਠੀਕ ਹੈ, ਸਿੱਖਿਆਰਥੀ ਜਾਂ ਫਿਰ ਵਿਦਿਆਰਥੀ ਕੋਈ ਵੀ ਹੋ ਸਕਦਾ ਆ। ਪਰ ਜਦੋਂ ਅਸੀਂ ਕਿਸੇ ਖਾਸ ਲੜਕੀ ਦੀ ਗੱਲ ਕਰ ਲਈਏ, ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਗੱਲ ਕਰ ਲਈਏ ਪਰਵੀਨ ਦੀ, ਠੀਕ ਹੈ, ਤਾਂ ਉਹ ਕੋਈ ਲੜਕੀ ਹੋ ਗਈ। ਜਮਾਤ, ਤੁਸੀਂ ਸਕੂਲ ਦੇ ਵਿੱਚ ਜਮਾਤ ਦੀ ਗੱਲ ਕਰ ਲਿਓ, ਮੰਨ ਲਓ 10th B ਦੀ, ਠੀਕ ਹੈ ਜੀ। ਤੁਸੀਂ ਕਿਸੇ ਖਾਸ ਜਾਨਵਰ ਦੀ, ਜਾਨਵਰ ਦੀ ਵੀ, ਅੱਛਾ ਕਈ ਵਾਰੀ ਨਾ ਇਹਦੇ ਵਿੱਚ ਭੁਲੇਖਾ ਲੱਗ ਜਾਂਦਾ, ਜਿਵੇਂ ਜੇ ਤੁਸੀਂ ਗੱਲ ਕਰੋ ਅੰਬ ਦੀ, ਤਾਂ ਇਹ ਅੰਬ ਕੀ ਹੈ। ਹੁਣ ਤੁਸੀਂ ਕਹੋਗੇ ਕਿ ਫਲ ਤਾਂ ਸਾਡੇ ਕੋਲ ਆਮ ਨਾਮ ਹੈ, ਇਸ ਕਰਕੇ ਜਿਹੜਾ ਅੰਬ ਹੈ ਇਹ ਇੱਕ ਖਾਸ ਨਾਮ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਕਿਸੇ ਖਾਸ ਫਲ ਨੂੰ ਦਰਸਾ ਰਹੇ ਆ। ਸੋ ਕਈ ਵਾਰ ਆਪਾਂ ਇੱਥੇ ਗਲਤੀ ਕਰ ਲੈਂਦੇ ਹਾਂ, ਇਹ ਵੀ ਆਪਣੇ ਕੋਲ ਇੱਕ ਆਮ ਨਾਮ ਹੈ। ਉਹਦਾ ਕਾਰਨ ਕੀ ਹੈ, ਕਿਉਂਕਿ ਅੰਬ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਹੁੰਦੀਆਂ ਨੇ, ਹੈ ਨਾ, ਕਿੰਨੇ ਤਰ੍ਹਾਂ ਦੀਆਂ ਵੈਰਾਈਟੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ। ਤਾਂ ਜੇ ਤਾਂ ਤੁਸੀਂ ਇਕੱਲੇ ਅੰਬ ਦੀ ਗੱਲ ਕਰ ਰਹੇ ਹੋ, ਤਾਂ ਇਹ ਵੀ ਇੱਕ ਆਮ ਨਾਮ ਹੈ। ਤੇ ਜੇ ਤੁਸੀਂ ਗੱਲ ਕਰੋ, ਆਪਾਂ ਲਿਖ ਦਈਏ, ਇੱਕ ਹੁੰਦਾ ਲੰਗੜਾ ਆਮ ਜਾਂ ਤੋਤਾ ਅੰਬ ਹੁੰਦਾ ਆ, ਹੈ ਨਾ। ਜਦੋਂ ਆਪਾਂ ਇੱਕ ਖਾਸ ਵੈਰਾਈਟੀ ਦੀ ਗੱਲ ਕਰ ਲਈਏ, ਫਿਰ ਉਹ ਸਾਡੇ ਕੋਲ ਕੀ ਹੁੰਦਾ ਆ, ਖਾਸ ਨਾਮ ਹੁੰਦਾ ਆ। ਇਸੇ ਤਰੀਕੇ ਦੇ ਨਾਲ ਜਾਨਵਰ ਦੇ ਵਿੱਚ ਜੇ ਤਾਂ ਤੁਸੀਂ ਗੱਲ ਕਰ ਰਹੇ ਹੋ ਕੁੱਤਾ, ਜੇ ਤੁਸੀਂ ਗੱਲ ਕਰ ਰਹੇ ਹੋ ਭਾਲੂ, ਸ਼ੇਰ, ਕੁਛ ਵੀ, ਹੈ ਨਾ, ਫਿਰ ਉਹ ਸਾਡੇ ਕੋਲ ਕੀ ਆ, ਫਿਰ ਉਹ ਸਾਡੇ ਕੋਲ ਆਮ ਨਾਮ ਹੈ। ਪਰ ਜੇ ਤੁਸੀਂ ਕੁੱਤੇ ਦੇ ਨਾਲ ਵੈਰਾਈਟੀ ਵੀ ਦੱਸ ਰਹੇ ਹੋ, ਫਿਰ ਉਹ ਸਾਡੇ ਕੋਲ ਖਾਸ ਨਾਮ ਹੁੰਦਾ ਆ, ਠੀਕ ਹੈ ਜੀ। ਸੋ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਹ ਪੁੱਛਿਆ ਗਿਆ ਸੀਗਾ ਕਿ ਕੁਝ ਖਾਸ ਨਾਮ ਦੱਸੋ। ਹੁਣ ਅਧਿਆਪਕ, ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ, ਅਧਿਆਪਕ ਤਾਂ ਕੋਈ ਵੀ ਹੋ ਸਕਦਾ ਆ, ਅਧਿਆਪਕ ਮੈਂ ਵੀ ਹੋ ਸਕਦੀ ਹਾਂ, ਅਧਿਆਪਕ ਤੁਸੀਂ ਵੀ ਹੋ ਸਕਦੇ ਹੋ, ਅਧਿਆਪਕ ਕੋਈ ਵੀ ਹੋ ਸਕਦਾ ਆ, ਵਿਦਿਆਰਥੀ ਵੀ ਕੋਈ ਵੀ ਹੋ ਸਕਦਾ ਆ। ਇਹ ਆਪਸ਼ਨ ਤਾਂ ਸਾਡੇ ਗਲਤ ਹੋ ਗਏ, ਉਪਰੋਕਤ ਸਾਰੇ ਵੀ ਗਲਤ ਹੋ ਗਏ। ਤਾਂ ਚੰਦੂ, ਚੰਦੂ ਸੀਗਾ ਨਾ ਜਿਹੜਾ ਉੱਥੇ ਛੜੱਪੇ ਜਿਹੇ ਮਾਰਦਾ ਫਿਰਦਾ ਸੀਗਾ। ਸੋ ਬੇਸਿਕਲੀ ਕੀ ਆ, ਜੋ ਪੈਰਾਗ੍ਰਾਫ ਹੈ, ਜੋ ਉਹਦੇ ਸਵਾਲ ਨੇ, ਜੇ ਆਪਾਂ ਉਹਨਾਂ ਦੇ ਪੱਧਰ ਨੂੰ ਬੇਸਿਕਲੀ ਇੱਕ ਹੁਣ ਆਈਡੀਆ ਲੈ ਕੇ ਚੱਲੀਏ, ਤਾਂ ਕੋਈ ਬਹੁਤ ਔਖੇ ਨਹੀਂ ਹੁੰਦੇ, ਠੀਕ ਹੈ। ਪਰ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਹੀ ਹਾਂ ਕਿ ਸਾਡੇ ਵਾਸਤੇ ਸਾਡੀ ਵਿਆਕਰਨਕ ਜੇ ਸਮਝ ਚੰਗੀ ਹੈ, ਤਾਂ ਇੱਕ ਤਾਂ ਉਹ ਸਾਡਾ ਟਾਈਮ ਬਚਾ ਦੂਗੀ, ਕਿਉਂਕਿ 7-8 ਸਵਾਲ ਨੇ, ਉਹਦੇ ਚੋਂ 3 ਤੋਂ 4 ਸਵਾਲ ਤਾਂ ਗ੍ਰਾਮਰ ਦੇ ਨੇ, ਤੇ ਜੇ ਤੁਹਾਨੂੰ ਚੰਗੀ ਗ੍ਰਾਮਰ ਦੀ ਸਮਝ ਆ ਤੁਸੀਂ ਉਹ ਸਵਾਲ ਸਿੱਧਾ ਕਰ ਸਕਦੇ ਹੋ। ਦੂਸਰੀ ਜਿਹੜੀ ਚੀਜ਼ ਆ, ਤੁਹਾਡੀ ਰੀਡਿੰਗ ਸਕਿੱਲ ਅਗਰ ਫਾਸਟ ਹੈ, ਤਾਂ ਇਹ ਸਵਾਲ ਜਿਹੜੇ ਨੇ ਇਹਨਾਂ ਨੂੰ ਕਰਦੇ ਹੋਏ ਸਾਨੂੰ ਇਹ ਦਿੱਕਤ ਨਹੀਂ ਆਉਂਦੀ ਹੁੰਦੀ, ਕਿਉਂਕਿ ਕਈ ਵਾਰੀ ਨਾ ਕਿਸੇ ਸਟੂਡੈਂਟ ਦੀ ਇਹ ਛੋਟੀ ਜਿਹੀ ਪ੍ਰੋਬਲਮ ਹੁੰਦੀ ਆ, ਉਹ ਬਾਰ ਬਾਰ ਹਰ ਸਵਾਲ ਵਾਸਤੇ ਪੈਰਾਗ੍ਰਾਫ ਨੂੰ ਬਾਰ ਬਾਰ ਰੀਡ ਕਰਦੇ ਨੇ। ਇਹਦੇ ਨਾਲ ਕੀ ਆ, ਤੁਸੀਂ ਐਕੂਰੇਟ ਤਾਂ ਕਰ ਲਓਗੇ, ਬਟ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਟਾਈਮ ਹੈ ਉਹ ਮੈਨੇਜ ਨਹੀਂ ਹੋ ਪਾਉਂਦਾ। ਸੋ ਮੈਨੂੰ ਆਸ ਹੈ ਕਿ ਮੈਂ ਆਪਣੇ ਇਸ ਸੈਸ਼ਨ ਦੇ ਰਾਹੀਂ ਜਿਹੜਾ ਆ ਤੁਹਾਡੀ ਇੰਨੀ ਕੁ ਮਦਦ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਆ ਕਿ ਸਾਨੂੰ ਇਦਾਂ ਦੇ ਸਵਾਲ ਸੋਲਵ ਕਰਨ ਦੇ ਬਾਰੇ ਥੋੜ੍ਹਾ ਬਹੁਤ ਜਿਹੜੇ ਇੱਕ ਦੋ ਕਹਿ ਦਿਓ ਕਿ ਟ੍ਰਿਕਸ ਕਹਿ ਦਿਓ ਜਾਂ ਸਜੈਸ਼ਨ ਕਹਿ ਦਿਓ, ਹੈ ਨਾ, ਉਹ ਮਿਲ ਸਕੇ ਹੋਣਗੇ। ਇਹਦੇ ਨਾਲ ਹੀ ਜਿਹੜਾ ਆ ਅਸੀਂ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਨਾ ਚਾਹੂੰਗੀ ਕਿ ਹਰ ਇੱਕ ਸਬਜੈਕਟ ਦੀ ਜਿਹੜੀ ਡੈਮੋ ਆ, ਜੇ ਤੁਸੀਂ ਉਹਨੂੰ ਦੇਖਣਾ ਚਾਹੁੰਦੇ ਹੋ ਔਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਥਿਊਰੀ ਵਾਈਜ਼ ਜਿਹੜੇ ਸਬਜੈਕਟ ਨੇ, ਜਿਹੜੇ ਕਨਸੈਪਟ ਨੇ, ਉਹ ਕਿਸ ਤਰੀਕੇ ਦੇ ਨਾਲ ਕਲੀਅਰ ਕਰਵਾਏ ਜਾ ਰਹੇ ਨੇ, ਤੁਸੀਂ ਉਹਦੇ ਲਈ ਕੀ ਕਰਨਾ ਆ, ਤੁਸੀਂ ਸਭ ਤੋਂ ਪਹਿਲਾਂ
ਮਾਸਟਰ ਕਲਾਸਿਸ ਪਟਿਆਲਾ, ਤੁਸੀਂ ਇਹ ਲੋਗੋ ਜਿਹੜਾ ਹੈ ਉਹ ਯਾਦ ਰੱਖਣਾ ਹੈ। ਤਾਂ ਮਾਸਟਰ ਕਲਾਸਿਸ ਪਟਿਆਲਾ ਦੀ ਜਿਹੜੀ ਐਪ ਹੈ ਉਹਨੂੰ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਇੱਕ ਐਂਡਰਾਇਡ ਯੂਜ਼ਰ ਹੋ ਤਾਂ ਡਾਇਰੈਕਟਲੀ ਜਿਹੜਾ ਹੈ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਪਲੇ ਸਟੋਰ ਦੇ ਉੱਤੇ ਜਾ ਕੇ ਸਰਚ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ ਹੈ ਡਾਇਰੈਕਟਲੀ ਐਪ ਆ ਜਾਊਗੀ। ਅਗਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਸੀਂ ਕੀ ਕਰਨਾ ਆ, ਤੁਸੀਂ ਮਾਈ ਇੰਸਟੀਟਿਊਟ ਐਪ ਜਿਹੜੀ ਆ ਡਾਊਨਲੋਡ ਕਰਨੀ ਹੈ। ਉਹਦੇ ਵਿੱਚ ਜਾ ਕੇ ਤੁਹਾਡੇ ਕੋਲੋਂ ਆਰਗਨਾਈਜੇਸ਼ਨ ਜਿਹੜਾ ਕੋਡ ਮੰਗਿਆ ਜਾਊਗਾ। ਸੋ ਉਹ ਜਿਹੜਾ ਕੋਡ ਆ ਉਹ MVWOG, MVWOG ਇਸ ਕੋਡ ਨੂੰ ਪੁੱਟ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਪੂਰਾ ਦਾ ਪੂਰਾ ਇਸ ਤਰੀਕੇ ਦੇ ਨਾਲ ਜਿਹੜੀ ਹੈ ਐਪ ਓਪਨ ਹੋ ਜੂਗੀ। ਇਹਦੇ ਵਿੱਚ ਤੁਸੀਂ ਕੀ ਕਰਨਾ ਆ, ਟੀਚਿੰਗ ਕੋਰਸਿਸ ਦੇ ਵਿੱਚ ਜਾਣਾ। ਸੋ ਟੀਚਿੰਗ ਕੋਰਸਿਸ ਦੇ ਵਿੱਚ ਜਦੋਂ ਤੁਸੀਂ ਜਾਓਗੇ ਉੱਥੇ ਤੁਹਾਡੇ ਕੋਲ ਵੱਖ ਵੱਖ ਜਿਹੜੇ ਕੋਰਸਿਸ ਨੇ ਉਹ ਤੁਹਾਨੂੰ ਸ਼ੋ ਹੋਣਗੇ। ਸੋ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਿਕ ਹਰ ਇੱਕ ਕੋਰਸ ਦੇ ਵਿੱਚ ਜਾ ਕੇ ਉੱਥੇ ਡੈਮੋਸ ਪਈਆਂ ਨੇ ਉਹਨਾਂ ਨੂੰ ਜਾ ਕੇ ਦੇਖ ਕੇ ਆਪਣੀ ਜਿਹੜੀ ਤਸੱਲੀ ਆ ਉਹ ਕਰ ਸਕਦੇ ਹੋ ਕਿ ਸਿਲੇਬਸ ਕਿਸ ਤਰੀਕੇ ਦੇ ਨਾਲ ਕਵਰ ਕੀਤਾ ਜਾ ਰਿਹਾ ਆ, ਕਿਸ ਤਰੀਕੇ ਦੇ ਨਾਲ ਫੁੱਲੀ ਅਪਡੇਟਡ ਤਰੀਕੇ ਦੇ ਨਾਲ ਤੁਹਾਡੇ ਕੋਲ ਸਾਰੇ ਦੇ ਸਾਰੇ ਜਿਹੜੇ ਸਬਜੈਕਟ ਨੇ ਉਹ ਇਹਨਾਂ ਕੋਰਸਿਸ ਦੇ ਵਿੱਚ ਪਏ ਨੇ। ਸੋ ਹੋਰ ਵੀ ਜੇ ਤੁਸੀਂ ਕੋਈ ਕੁਐਰੀ ਜਿਹੜੀ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਮੈਂਸ਼ਨ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਇਹ ਸੈਸ਼ਨ ਹੈ ਤੁਹਾਨੂੰ ਕਾਫੀ ਪਸੰਦ ਆਇਆ ਹੋਊਗਾ। ਸੋ ਅੱਜ ਲਈ ਇੰਨਾ ਹੀ ਬਹੁਤ ਹੈ ਜੀ, ਧੰਨਵਾਦ।